ਸੈਲਫ ਟਰਾਂਸਫਰਮੇਸ਼ਨ ਸੀਰੀਜ਼ ਵਿੱਚ ਅਸੀਂ ਤੁਹਾਡੇ ਨਾਲ ਮਹੱਤਵਪੂਰਨ ਵਿਸ਼ੇ ਤੇ ਕਾਫੀ ਸਮੇਂ ਤੋਂ ਗੱਲਬਾਤ ਕਰ ਰਹੇ ਹਾਂ ਤੇ ਜਿਸ ਵਿੱਚ ਮੇਰਾ ਸਾਥ ਦੇ ਰਹੇ ਨੇ ਡਿੰਪਲ ਰਿਆਤ। ਅੱਜ ਜੋ ਕੁਝ ਅਸੀਂ ਗੱਲਬਾਤ ਹੁਣ ਤੱਕ ਕੀਤੀ ਉਸ ਨੂੰ ਇੱਕ ਤਰ੍ਹਾਂ ਦਾ ਸਮਰਾਈਜ਼ ਕਰਕੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਚੀਜ਼ਾਂ ਸੁਣਨ ਨੂੰ ਤਾਂ ਬਹੁਤ ਵਧੀਆ ਲੱਗਦੀਆਂ ਨੇ ਪਰ ਜਦੋਂ ਸਿਰ ਤੇ ਪੈਂਦੀ ਕੀ ਕਾਰਨ ਕਿ ਅਸੀਂ ਇਹਨਾਂ ਨੂੰ ਫੋਲੋ ਨਹੀਂ ਕਰਦੇ। ਯੈਸ ਵੀ ਵਾਂਟ ਦ ਚੇਂਜ ਬਟ ਜਦੋਂ ਅਸੀਂ ਆਪਣੇ ਦੇ ਉੱਤੇ ਉਹ ਚੇਂਜ ਨੂੰ ਲਾਗੂ ਕਰਨ ਦੀ ਗੱਲ ਕਰਦੇ ਹਾਂ ਤਾਂ ਅਸੀਂ ਕਿਉਂ ਪਿੱਛੇ ਹਟ ਜਾਂਦੇ ਹਾਂ? ਕਿਹੜੇ ਉਹ ਪ੍ਰੈਕਟੀਕਲ ਸਟੈਪਸ ਨੇ ਜਿਹੜੇ ਸਾਨੂੰ ਇੰਬਾਈਬ ਕਰਨੇ ਚਾਹੀਦੇ ਨੇ? ਉਸ ਸੰਬੰਧ ਵਿੱਚ ਗੱਲਬਾਤ ਕਰਦੇ ਹਾਂ ਡਿੰਪਲ ਰਿਆਤ ਨਾਲ। ਡਿੰਪਲ ਜੀ ਆਇਆਂ ਨੂੰ ਵੈਲਕਮ ਟੂ ਪ੍ਰੋਗਰਾਮ। ਥੈਂਕ ਯੂ ਹਰਪ੍ਰੀਤ ਜੀ। ਥੈਂਕ ਯੂ। ਸੋ ਜੋ ਅਸੀਂ ਗੱਲਬਾਤ ਕਰਦੇ ਆਏ ਪਿਛਲੇ ਸਮੇਂ ਦੇ ਵਿੱਚ ਉਸ ਵਿੱਚ ਬਹੁਤ ਸੋਹਣਾ ਰਿਸਪੋਂਸ ਆ ਰਿਹਾ। ਪੀਪਲ ਆਰ ਲਾਈਕਿੰਗ ਇਟ। ਇਟਸ ਅ ਗੁੱਡ ਟਾਕ। ਯੂ ਰੀਡ ਸਮ ਬੁੱਕ, ਯੂ ਗੈਟ ਇੰਸਪਾਇਰਡ, ਯੂ ਆਰ ਮੋਟੀਵੇਟਡ ਫੋਰ ਸਮ ਟਾਈਮ, ਬਟ ਦੈਨ ਅਗੇਨ ਦੈਟ ਫੇਜ਼ ਇਜ਼ ਗੋਨ, ਯੂ ਆਰ ਬੈਕ ਇਨ ਟੂ ਯੋਰ ਨੋਰਮਲ ਲਾਈਫ ਅਤੇ ਫਿਰ ਉਹੀ ਰੋਜ਼ਮਰਾ ਜ਼ਿੰਦਗੀ ਦੇ ਵਿੱਚ ਜੋ ਕੁਝ ਚੱਲਦਾ ਹੈ ਉਹ ਤੁਹਾਨੂੰ ਓਵਰਟੇਕ ਕਰ ਜਾਂਦਾ, ਤੁਸੀਂ ਉਸ 'ਚ ਫਸ ਜਾਂਦੇ ਹੋ। ਹੁਣ ਕਿਵੇਂ ਇਹ ਸਾਰੀ ਥੋਟ ਜੋ ਹੈ, ਕਿਵੇਂ ਇਹ ਜਿਹੜੇ ਸਾਨੂੰ ਪਤਾ ਹੈ ਗੁਣ ਜਿਹੜੇ ਨੇ ਇਹਨਾਂ ਨੂੰ ਅਸੀਂ ਆਪਣੇ ਜੀਵਨ ਵਿੱਚ ਲਾਗੂ ਕਰਨਾ ਹੈ, ਉਹਦੇ ਵਾਸਤੇ ਤੁਸੀਂ ਅੱਜ ਸਾਨੂੰ ਦੱਸੋ ਕਿ ਕੀ ਕਰਨ ਦੀ ਲੋੜ ਹੈ, ਕਿਸ ਤਰ੍ਹਾਂ ਸਟਾਰਟਿੰਗ ਹੋਏ, ਕਿਸ ਤਰ੍ਹਾਂ ਇਸਨੂੰ ਕੰਟੀਨਿਊ ਰਹੇ ਅਤੇ ਕੋਂਸਟੈਂਟਲੀ ਕੰਸਿਸਟੈਂਟਲੀ ਅਸੀਂ ਇਸਦੇ ਵਿੱਚ ਇੰਪਰੂਵ ਆਪਣੇ ਆਪ ਨੂੰ ਕਰਦੇ ਰਹੀ। ਜੀ, ਇਟਸ ਐਕਚੁਅਲੀ ਵੈਰੀ ਬਿਊਟੀਫੁਲ ਕਿ ਤੁਸੀਂ ਇਹ ਕਿਹਾ ਕਿ ਕਿਉਂਕਿ ਅਸੀਂ ਪੜ੍ਹ ਲੈਂਦੇ ਹਾਂ, ਪੜ੍ਹ ਕੇ ਚੰਗਾ ਲੱਗਦਾ, ਐਂਡ ਵੀ ਲੀਵ ਇਨ ਫੋਰ ਇਅਰ ਸਾਈਡ, ਕਿਉਂਕਿ ਅਸੀਂ ਸੋਚਦੇ ਹਾਂ ਕਿ ਇਹ ਮੇਰੇ ਕਰ ਯੂ ਨੋ ਮੇਰੇ ਕਰਨ ਦਾ ਇਹ ਕੰਮ ਨੀਗਾ, ਨਾ ਮੇਰੀ ਜ਼ਿੰਦਗੀ 'ਚ ਇੰਨੀ ਪ੍ਰੋਬਲਮਸ ਹੈਗੀਆਂ, ਇੰਨੇ ਹਰਡਲਸ ਹੈਗੇ ਆ, ਇਹਨਾਂ ਨੇ ਇਹਨਾਂ ਨੂੰ ਇਹ ਪ੍ਰੋਬਲਮਸ ਨਹੀਂ ਫੇਸ ਕਰਨੇ ਪਏ ਤਾਂ ਇਹ ਆਪਣੇ ਯੂ ਨੋ ਦੇ ਕੈਨ ਡੂ ਦੈਟ। ਪਰ ਰੀਅਲੀ ਇਟਸ ਸਪਿਰਿਚੁਅਲਿਟੀ ਹੋਏ ਜਾਂ ਕੋਈ ਵੀ ਮੈਡੀਟੇਸ਼ਨ ਪ੍ਰੈਕਟਿਸ ਜਾਂ ਕੁਛ ਵੀ ਹੈਗਾ ਆ, ਇਟਸ ਨੋਟ ਅ ਮੋਮੈਂਟਰਲੀ ਥਿੰਗ ਦੈਟ ਯੂ ਡੂ, ਇਟ ਬਿਕਮਸ ਅ ਵੇ ਆਫ ਲਾਈਫ। ਐਬਸੋਲੂਟਲੀ। ਲੇਕਿਨ ਅਸੀਂ ਉਹਨੂੰ ਕਨਫਾਈਨ ਕਰਦੇ ਨੇ ਮੋਮੈਂਟਰੀਲੀ ਕਿ ਸਿਰਫ ਉਸੀ ਸਮੇਂ ਦੇ ਵਿੱਚ ਜੋ ਕੁਝ ਸੀਮਤ ਅਸੀਂ ਕਰਕੇ ਕਰ ਰਹੇ ਹਾਂ ਉਹ ਧਰਮ ਦੀ ਗੱਲ ਹੋਈ ਜਾਂ ਸਪਿਰਚੁਅਲਿਟੀ ਦੀ ਗੱਲ ਹੋਈ, ਉੱਥੋਂ ਤੱਕ ਹੀ ਸੀਮਤ ਰਹਿ ਜਾਂਦੀ ਹੈ, ਉੱਥੋਂ ਤੱਕ ਸੀਮਤ ਰਹਿ ਜਾਂਦੀ ਹੈ। ਪਲੱਸ ਸਾਨੂੰ ਇੰਸਟੈਂਟ ਗ੍ਰੈਟੀਫਿਕੇਸ਼ਨ ਚਾਹੀਦਾ ਨਾ, ਕਿ ਜੇ ਇਹ ਪ੍ਰੋਬਲਮ ਹੈਗੀ ਆ ਤਾਂ ਮੈਨੂੰ ਹੁਣੇ ਹੱਲ ਚਾਹੀਦਾ ਆ, ਅਸੀਂ ਡਾਕਟਰ ਦੇ ਕੋਲ ਵੀ ਜਾਈਦਾ ਆ, ਡਾਕਟਰ ਨੂੰ ਪੂਰੀ ਆਪਣੀ ਬਿਮਾਰੀ ਦੱਸ ਦੇ, ਸਿਮਟਮਸ ਵੀ ਦੱਸ ਦੇਈਦੀ ਆ, ਜਦੋਂ ਹੁਣ ਉਹ ਪ੍ਰਸਕ੍ਰਿਪਸ਼ਨ ਦਿੰਦੇ ਆ, ਪ੍ਰਸਕ੍ਰਿਪਸ਼ਨ ਦੇ ਉਹ ਤੁਹਾਨੂੰ ਦੱਸ ਦੇ ਕਿ ਆਹ ਤੁਸੀਂ ਦਵਾਈ ਲੈਣੀ ਆ, ਇੱਦਾਂ ਇੱਦਾਂ ਲੈਣੀ ਆ ਸਵੇਰੇ ਸ਼ਾਮ ਦਾ ਯੂ ਨੋ ਬਿਫੋਰ ਡਿਨਰ ਔਰ ਆਫਟਰ ਵਟ ਐਵਰ ਇਜ਼ ਰਿਕੁਆਇਰਡ ਟੂ ਡੂ। ਸੋ ਅਸੀਂ ਜਾ ਕੇ ਦਵਾਈ ਲੈ ਕੇ ਵੀ ਆ ਜਾਂਦੇ ਹਾਂ, ਪਰ ਜੇ ਦਵਾਈ ਲਿਆ ਕੇ ਅਸੀਂ ਖਾਂਦੇ ਨੇ ਉਹਦੇ ਹੀ ਪਈ ਰਹਿੰਦੀ ਆ, ਉਹਦੇ ਨਾਲ ਸਾਡੀ ਬਿਮਾਰੀ ਤਾਂ ਨਹੀਂ ਠੀਕ ਹੋਏਗੀ ਨਾ, ਪਰ ਜੇ ਉਹਨੂੰ ਦੇਖ ਦੇ ਕੇ ਅਸੀਂ ਕਿਹਾ ਕਿ ਹੁਣ ਮੈਂ ਦਵਾਈ ਲਿਆਂਦੀ ਉਹਨੂੰ ਮੈਂ ਦੇਖ ਵੀ ਲਿਆ ਅਤੇ ਮੇਰੀ ਬਿਮਾਰੀ ਠੀਕ ਹੋ ਜਾਣੀ, ਨੋ ਇਟ ਡਜ਼ਨਟ ਵਰਕ ਲਾਈਕ ਦੈਟ। ਤੁਹਾਨੂੰ ਉਹ ਪ੍ਰਸਕ੍ਰਿਪਸ਼ਨ ਲਿਆ ਕੇ ਉਹ ਤੁਹਾਨੂੰ ਖਾਣੀ ਪੈਣੀ ਹੈ ਜਿੱਦਾਂ ਉਹਨਾਂ ਨੇ ਡਾਇਰੈਕਸ਼ਨ ਦਿੱਤੀ ਆ, ਡਾਇਰੈਕਸ਼ਨ ਦੇ ਅਨੁਸਾਰ। ਸੋ ਸਿਮਿਲਰਲੀ ਇਹ ਇਨਫੋਰਮੇਸ਼ਨ ਹੈਗੀ ਆ, ਇਟ ਸਾਊਂਡਸ ਵੈਰੀ ਗੁੱਡ, ਪਰ ਜਿੰਨੀ ਦੇਰ ਤੱਕ ਇਸ ਇਨਫੋਰਮੇਸ਼ਨ ਨੂੰ ਅਸੀਂ ਅਪਣਾਵਾਂਗੇ ਨਹੀਂ, ਉਨੀ ਦੇਰ ਤੱਕ ਕੋਈ ਚੇਂਜ ਨਹੀਂ ਆਏਗੀ। ਤੋ ਹੁਣ ਅਪਣਾਉਣਾ ਮਤਲਬ ਕਿ ਠੀਕ ਬੇਬੀ ਸਟੈਪਸ ਨਾ, ਸਟੈਪ ਬਾਏ ਸਟੈਪ। ਪਹਿਲਾਂ ਤਾਂ ਅਸੀਂ ਦੇਖਿਆ ਕਿ ਆਪਣੀ ਸੋਚ 'ਤੇ ਹੀ ਧਿਆਨ ਦੇਣਾ, ਕਿੰਨੀ ਦਫ਼ਾ ਅਸੀਂ ਆਪਣੀ ਸੋਚ 'ਤੇ ਅਟੈਨਸ਼ਨ ਦਿੰਦੇ ਹਾਂ, ਬਲਕਿ ਅਸੀਂ ਅਟੈਨਸ਼ਨ ਘੱਟ ਟੈਨਸ਼ਨ ਜ਼ਿਆਦਾ ਲੈਂਦੇ ਹਾਂ, ਅਤੇ ਉਹ ਟੈਨਸ਼ਨ ਅਗੈਨ ਵੀ ਨੋ ਵਟ ਹੈਪਨਸ ਕਿ ਉਹਦੀ ਵਾਈਬ੍ਰੇਸ਼ਨਸ ਕਿੱਦਾਂ ਹੁੰਦੀ ਹੈ ਨਾ। ਸੋ ਸਿਮਿਲਰ ਹੁਣ ਉਸੇ ਚੀਜ਼ 'ਤੇ ਅਟੈਨਸ਼ਨ ਦੇਣੀ ਆ ਕਿ ਪਰਿਵਰਤਨ ਮੈਂ ਆਪਣੀ ਜ਼ਿੰਦਗੀ 'ਚ ਲੈ ਕੇ ਆਉਣਾ, ਜਦੋਂ ਦੂਸਰਾ ਇਨਸਾਨ ਜੋ ਕਰ ਰਿਹਾ ਆ ਮੈਂ ਉਹਦੇ 'ਤੇ ਫੋਕਸ ਨਹੀਂ ਪਾ ਕੇ ਆਪ ਫੋਕਸ ਕਰਨਾ ਕਿ ਮੇਰੀ ਕੰਟਰੀਬਿਊਸ਼ਨ ਕੀ ਹੈਗੀ ਆ ਸਿਚੁਏਸ਼ਨ 'ਤੇ, ਹੈ ਨਾ। ਸੋ ਉਹੀ ਪਹਿਲਾ ਸਟੈਪ ਇਜ਼ ਜਸਟ ਟੂ ਬੀ ਇਨ ਦੀ ਅਵੇਅਰਨੈਸ ਕਿ ਆਈ ਐਮ ਦਾ ਵਨ ਹੂ ਇਜ਼ ਬ੍ਰਿੰਗਿੰਗ ਦ ਚੇਂਜ, ਬਿਕੋਜ਼ ਦਿਸ ਚੇਂਜ ਇਜ਼ ਗੋਇੰ ਟੂ ਬੈਨੀਫਿਟ ਮੀ ਐਂਡ ਮਾਈ ਫੈਮਿਲੀ ਐਂਡ ਮਾਈ ਲਵਡ ਵਨਸ, ਸੋ ਦਿਸ ਇਜ਼ ਵਾਈ ਆਈ ਵਿਲ ਡੂ ਵਟ ਆਈ ਵਿਲ ਡੂ ਐਂਡ ਆਈ ਵਿਲ ਸਟਾਰਟ ਫਰੋਮ ਹੇਅਰ ਐਂਡ ਦੈਨ, ਹੈ ਨਾ। ਰਾਈਟ, ਸੋ ਬੇਸਿਕਲੀ ਜਿਹੜਾ ਤੁਸੀਂ ਅਗੇਨ ਕਿਹਾ ਕਿ ਉਹ ਫਸਟ ਸਟੈਪ ਜਿਹੜਾ ਹੈਗਾ ਉਹ ਇਹੀ ਹੈਗਾ ਕਿ ਰਿਅਲਾਈਜ਼ ਕਰ ਲਓ, ਰਿਅਲਾਈਜ਼ ਕਰ ਲਓ, ਰਿਅਲਾਈਜ਼ ਕਿ ਮੈਂ ਆਪਣੇ ਵਿੱਚ ਚੇਂਜ ਲੈ ਕੇ ਆਉਣੀ ਹੀ ਆਉਣੀ ਹੈ, ਇਹ ਨਹੀਂ ਕਿ ਬਹੁਤ ਮੁਸ਼ਕਿਲ ਆ ਮੇਰੇ ਤੋਂ ਨਹੀਂ ਹੋਣਾ, ਇਹ ਬਹੁਤ ਹਾਰਡ ਆ। ਸੋ ਅਗੇਨ ਅਸੀਂ ਕਿੱਦਾਂ ਦੀ ਸੋਚ ਕ੍ਰੀਏਟ ਕੀਤੀ, ਉਹ ਨਵੇਂ ਬੀਜ ਲਾਏ ਨਾ ਕਿ ਮੇਰੇ ਤੋਂ ਨਹੀਂ ਹੋਣਾ, ਮੇਰੇ ਲਈ ਬਹੁਤ ਮੁਸ਼ਕਿਲ ਆ, ਇਹ ਮੈਂ ਨਹੀਂ ਕਰਨਾ। ਹੁਣ ਉਹਨਾਂ ਦੇ ਬਜਾਏ ਅਸੀਂ ਇਹ ਕ੍ਰੀਏਟ ਕਰਨਾ ਕਿ ਮੈਂ ਇਹ ਕਰਨਾ ਹੀ ਕਰਨਾ, ਕਿਉਂਕਿ ਇਹਦੇ ਵਿੱਚ ਮੇਰਾ ਫਾਇਦਾ ਔਰ ਮੇਰੇ ਪਰਿਵਾਰ ਦਾ ਫਾਇਦਾ, ਨਾ। ਸੋ ਅਗੇਨ ਉਹਨਾਂ ਨੂੰ ਉਹਨਾਂ 'ਤੇ ਫੋਕਸ ਕਰਦੇ ਹੋਏ ਜਾਓ ਜੀ। ਸੋ ਇਹ ਤਾਂ ਹੋ ਗਿਆ ਜੀ ਅਗੇਨ ਕਿ ਤੁਸੀਂ ਸ਼ੁਰੂਆਤ ਕਰ ਲਈ ਹੈਗੀ, ਇਹ ਪ੍ਰੈਕਟਿਸ ਬਾਰ ਬਾਰ ਕਰਦੇ ਰਹੋਗੇ ਤਾਂ ਇਹਦੇ ਨਾਲ ਤੁਹਾਡਾ ਮਨ ਜਿਹੜਾ ਉਹ ਸਟਰੋਂਗ ਹੁੰਦਾ ਰਹੇਗਾ ਅਤੇ ਤੁਸੀਂ ਉਸ ਚੀਜ਼ 'ਤੇ ਕੰਮ ਕਰਨਾ ਸ਼ੁਰੂ ਕਰੋਗੇ। ਰਾਈਟ, ਹੁਣ ਐਕਸ਼ਨ ਦੀ ਜਦੋਂ ਗੱਲ ਆਉਂਦੀ ਹੈਗੀ ਤੁਹਾਨੂੰ ਮਿਹਨਤ ਵੀ ਕਰਨੀ ਪੈਣੀ ਹੈ, ਇਹਦਾ ਥੋਟ ਆ ਗਈ, ਹੁਣ ਥੋਟ ਨੂੰ ਇੰਪਲੀਮੈਂਟ ਕਰਨ ਵਾਸਤੇ ਮੈਂ ਕਹਿੰਦਾ ਜੀ ਸਵੇਰੇ ਮੈਂ 6 ਵਜੇ ਉੱਠ ਕੇ ਸੈਰ ਜਾਣਾ, ਬੜੀ ਸੋਹਣੀ ਥੋਟ ਹੈਗੀ ਹੈ, ਮੈਂ ਬਾਰ ਬਾਰ ਦੁਹਰਾਈ ਜਾ ਰਿਹਾ ਜੀ ਮੈਂ ਇਹ ਕਰਨਾ ਹੈ ਕਰਨਾ ਹੈ, ਪਰ ਜਦੋਂ 6 ਵਜਦੇ ਨੇ ਮੈਨੂੰ ਉਸ ਟਾਈਮ ਹੁੰਦਾ ਨਹੀਂ ਯਾਰ ਛੱਡ, ਅੱਜ ਨਹੀਂ, ਅੱਜ ਤਾਂ ਠੰਡ ਬੜੀ ਹੈਗੀ, ਉਹਨੂੰ ਰਹਿਣ ਦਿਓ। ਕਈ ਵਾਰੀ ਸ਼ੁਰੂਆਤ ਵੀ ਕੀਤੀ ਲੇਕਿਨ ਉਹ ਫਿਰ ਰਹਿ ਜਾਂਦੀ ਹੈ,
ਹੁਣ ਉਸ ਟਾਈਮ ਦੇ ਉੱਤੇ ਕਿਵੇਂ ਉਹ ਥਾਟ ਤੁਹਾਡੇ ਤੇ ਇਨੂੰ ਭਾਰੀ ਹੋਏ ਕਿ ਇਮੀਡੀਏਟਲੀ ਤੁਸੀਂ ਰਜਾਈ ਨੂੰ ਲਾਓ ਤੇ ਤੁਸੀਂ ਬਾਹਰ ਨਿਕਲੋ, ਉਹ ਹੁਣ ਕਿਸ ਤਰ੍ਹਾਂ ਹੋਏ ਕਿ ਬਿਕੋਜ਼ ਅਗੇਨ ਇਟਸ ਜਸਟ ਐਨ ਐਗਜ਼ਾਮਪਲ ਕਿ ਇੰਟਰਨਲੀ ਦੀਸ ਥਿੰਗਸ ਆਰ ਬਿਊਟੀਫੁਲ, ਯੂ ਲਵ ਟੂ ਰੀਡ ਦ ਬੁੱਕਸ, ਦੇ ਆਰ ਸੋ ਫੁੱਲ ਆਫ ਵਿਜ਼ਡਮ, ਯੂ ਗੈਟ ਇੰਸਪਾਇਰਡ ਬਾਈ ਦੈਮ, ਬਟ ਦੈਟ ਇੰਸਪੀਰੇਸ਼ਨ ਪ੍ਰੋਬਬਲੀ ਰਿਮੇਨਸ ਟੂ ਬੀ ਮੋਮੈਂਟਰੀ ਐਂਡ ਇਟ ਡਜ਼ਨਟ ਗੈਟ ਇਨਟੂ ਫੋਕਸ, ਬਾਅਦ ਦੇ ਵਿੱਚ ਉਹ ਚੀਜ਼ ਪਿੱਛੇ ਨੂੰ ਰਹਿ ਜਾਂਦੀ ਹੈ. ਇਹਨੂੰ ਕਿਵੇਂ ਕੀਤਾ ਜਾਏ? Well, then you have to have a motivation. Thanu motivation chahidi hai ki thanu, you know, kehdi cheez motivate kardi ki thanu pata 6 baje ni aur main rajai to bar and I'm out hitting the gym or you know going for a walk. So again, apne aap nu tusi ek question tusi introspection je karo ki mere liye meri health zaruri kyon hai, jata main hun actively proactively ਇਹਦੀ ਓਨਰਸ਼ਿਪ ਲੈ ਕੇ ਇਹ ਸਟੈਪਸ ਹੁਣ ਲਵਾਂ ਜਾਂ ਫਿਰ ਬਾਅਦ 'ਚ ਮੈਂ ਆਪਣੀ ਬਿਮਾਰੀ ਦੀ ਕੇਅਰ ਕਰਾਂ. ਆਈਦਰ ਆਈ ਟੇਕ ਕੇਅਰ ਆਫ ਮਾਈ ਹੈਲਥ ਨਾਓ ਔਰ ਆਈ ਟੇਕ ਕੇਅਰ ਆਫ ਮਾਈ ਡਿਜ਼ੀਜ਼ ਲੇਟਰ ਔਨ. ਸੋ ਅਗੈਨ, ਜੋ ਤੁਹਾਡੇ ਲਈ ਇੰਪੋਰਟੈਂਟ ਹੈਗਾ ਉਹਦੇ ਬੇਸ 'ਤੇ ਤੁਹਾਡੀ ਮੋਟੀਵੇਸ਼ਨ ਹੋਏਗੀ ਨਾ. So je thodi motivation hai ki you want to lead a healthy life, you want to be able to give the, you know, physically active and be able to give what the best of yourself, then you will get the comfort of her and then in carry on. Right. Otherwise fir ohi pattern jada hai gaya ohi chalega. And see, another thing is ki assi hai gaya, we are creation of our habits, right. We're the beings of our habit. Te hun mainu identify karna payega ki meri habits jehdi hegi ya kehdi mere liye beneficial hegi ya kehdi mere liye nahi beneficial hegi, and then start changing the habits. So hun je assi dekhne ki habit create kidda hundi hai na, habits create hundi ki mere mann ne kita sankalp and ho aaya action te aur jinni dafa main repeat kita oh meri habit ban gayi, stronger habit ban gayi. ਹੁਣ ਵੀ ਨੋ ਹਾਓ ਉਹ ਪਹਿਲਾਂ ਕ੍ਰੀਏਟ ਹੋਈ ਸੀਗੀ, ਹੁਣ ਅਸੀਂ ਰੀਕ੍ਰੀਏਟ ਦੂਸਰੀ ਕਰ ਸਕਦੇ ਹਾਂ ਅਗੈਨ ਵਿਦ ਦ ਡਿਟਰਮਿਨ ਥਾਟ ਕਿ ਆਈ ਗਟ ਟੂ ਡੂ ਇਟ ਵਿਦ ਦ ਮੋਟੀਵੇਸ਼ਨ. ਅਤੇ ਉਹ ਮੋਟੀਵੇਸ਼ਨ ਤੁਹਾਨੂੰ ਤੁਹਾਡਾ ਜ਼ਰੀਆ ਬਣੇਗਾ ਕਮਿਟਮੈਂਟ ਦਾ ਨਾ. ਇਹੀ ਹੋ ਜਾਂਦਾ ਕਿ ਲੈਕ ਕਮਿਟਮੈਂਟ ਸ਼ੁਰੂ ਤਾਂ ਕਰ ਲੈਂਦੇ ਹਾਂ ਪਰ ਅਸੀਂ ਉਹ ਕੈਰੀ ਫੋਰਵਰਡ ਨਹੀਂ ਕਰ ਸਕਦੇ. ਵੈਲ, ਆਪਣੇ ਆਪ ਨੂੰ ਜਦੋਂ ਅਸੀਂ ਕਰਦੇ ਕਿ ਇੰਟਰਸਪੈਕਟ ਕਰਨਾ, ਇਹੀ ਅਸੀਂ ਕਰ ਦੇਣਾ ਕਿ ਆਪਣੇ ਆਪ ਨੂੰ ਸਟਰੋਂਗ ਰੀਜ਼ਨ ਦੇਣਾ ਟੂ ਕੈਰੀ ਫੋਰਥ ਵਟ ਵੀ ਡੂ. ਐਂਡ ਅਗੈਨ ਉਹ ਕੁਸ਼ਚਨ ਫਿਰ ਆ ਜਾਂਦਾ ਕਿ ਮੇਰਾ ਪਰਪਸ ਕੀ ਹੈਗਾ, ਮੇਰੀ ਵੈਲਿਊਜ਼ ਕੀ ਹੈਗੀ ਆ, ਔਰ ਮੇਰੇ ਵੈਲਿਊਜ਼ ਦੇ ਬੇਸ 'ਤੇ ਕਲੀਅਰ ਵਿਜ਼ਨ right meri ban jandi hai. Create a clear vision for yourself, kyunki jinni der tak sade ko clarity nahi hegi, we are not going to be focused. Absolutely. Or focus the formula hega hi clarity. Define my purpose, identify my values, and then create that vision. Na right. So purpose de ode rang bharo, values da brush leke ode naal apni oh vision create karo. Te oh vision tusi apne more jado saver nu uthoge dekhoge oh thonu motivate karegi oh thada commitment da zariya banegi. Then ek choti ji break ji wapas aake hor ki kuch kita ja sakda jis naal ke eh consistently tusi itte chalde raho, kive oh inner strength jehdi us nu hor mazboot tonu oh motivate karde rahe ke jehde vi tode pursue karna chahunde ho tusi oh goals, not the you know the materialistic goals, but the spiritualistic goals which you want to achieve, kime hor ho sakde ne is bare gal karne chote ji break to baad. ਵੈਨਕੂਵਰ ਵਿੱਚ ਮਰੀਨ ਡਰਾਈਵ ਤੇ ਸਥਿਤ ਰੀਅਲ ਕੈਨੇਡੀਅਨ ਸੁਪਰ ਸਟੋਰ ਉਹ ਵਨ ਸਟਾਪ ਖਰੀਦਦਾਰੀ ਦਾ ਹੱਲ ਹੈ ਜਿੱਥੇ ਤੁਹਾਨੂੰ ਵੈਰਾਈਟੀ, ਵੈਲਿਊ ਤੇ ਹਰ ਕਿਸਮ ਦੀਆਂ ਸਾਊਥ ਏਸ਼ੀਅਨ ਸਪੈਸ਼ਲਿਟੀਜ਼ ਵਾਜਿਬ ਕੀਮਤਾਂ ਤੇ ਮਿਲਦੀਆਂ ਹਨ। ਸਾਫ਼ ਸੁਥਰੀਆਂ, ਹਾਈ ਕੁਆਲਿਟੀ ਤਾਜ਼ੀ ਸਬਜ਼ੀਆਂ, ਫਲ, ਬੇਕਰੀ, ਡੇਅਰੀ, ਰੈਗੂਲਰ ਤੇ ਭਾਰਤੀ ਗ੍ਰੋਸਰੀ ਇੱਥੇ ਉਪਲਬਧ ਹੈ। ਆਓ ਤੇ ਆ ਕੇ ਇੱਕੋ ਥਾਂ ਤੋਂ ਘਰ ਦੀ ਲੋੜ ਦੀ ਹਰ ਇੱਕ ਚੀਜ਼ ਲੈ ਜਾਓ। ਹੋਰ ਜਾਣਕਾਰੀ ਲਈ ਕਾਲ ਕਰੋ 604-322-3727। We cater to all your ethnic needs. Thank you for shopping at Superstore on Marine Drive. ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਗੱਲਬਾਤ ਚੱਲ ਰਹੀ ਹੈ ਸਪਿਰਚੁਅਲ ਟ੍ਰਾਂਸਫਰਮੇਸ਼ਨ ਦੀ ਅਤੇ ਸੀਰੀਜ਼ ਦੇ ਵਿੱਚ ਅਸੀਂ ਵੱਖਰੇ ਵੱਖਰੇ ਮੁੱਦਿਆਂ ਦੇ ਉੱਤੇ ਤੁਹਾਡੇ ਨਾਲ ਸਾਂਝ ਪਾਈਏ। ਅੱਜ ਦਾ ਵਿਸ਼ਾ ਹੈ ਕਿ ਕਲੈਰਿਟੀ ਕਿਵੇਂ ਆਵੇ, ਕਿਵੇਂ ਉਹ ਚੇਂਜ ਜਿਹੜਾ ਹੈਗਾ ਸਾਡੇ ਪ੍ਰੈਕਟਿਸ ਦੇ ਵਿੱਚ ਕਰਕੇ ਉਸਨੂੰ ਅਸੀਂ ਰੋਜ਼ਮਰਾ ਜ਼ਿੰਦਗੀ ਵਿੱਚ ਅਪਣਾ ਸਕੀਏ। ਜਿਸ ਤਰ੍ਹਾਂ ਬ੍ਰੇਕ ਤੋਂ ਪਹਿਲਾਂ ਡਿੰਪਲ ਕਰ ਰਹੇ ਸਨ ਗੱਲ ਕਿ ਇਹਦੇ ਵਾਸਤੇ ਤੁਹਾਨੂੰ ਆਪਣੇ ਮਨ ਵਿੱਚ ਇਹ ਗੱਲ ਨੂੰ ਤੈਅ ਕਰਨਾ ਪਏਗਾ ਕਿ ਤੁਸੀਂ ਕੀ ਐਂਡ ਰਿਜ਼ਲਟ ਚਾਹੁੰਦੇ ਹੋ। ਕਿਉਂਕਿ ਫੋਰ ਐਗਜ਼ਾਮਪਲ ਜਿਸ ਤਰ੍ਹਾਂ ਮੈਂ ਐਗਜ਼ਾਮਪਲ ਦਿੱਤਾ ਸੀ ਕਿ ਸਵੇਰੇ 6 ਵਜੇ ਮੈਂ ਉੱਠਣਾ ਚਾਹੁੰਦਾ, ਐਕਸਰਸਾਈਜ਼ 'ਤੇ ਜਾਣਾ ਚਾਹੁੰਦਾ, ਲੇਕਿਨ ਉਸ ਸਮੇਂ ਕਿਉਂ ਨਹੀਂ ਮੇਰਾ ਮਨ ਮੈਨੂੰ ਉਨੀ ਤਾਕਤ ਦੇ ਦਿੰਦਾ ਕਿ ਮੈਂ ਇਮੀਡੀਏਟਲੀ ਉੱਠ ਕੇ ਬਾਹਰ ਨਿਕਲ ਜਾਂ। ਉਸ ਸਮੇਂ ਕਿਉਂ ਬਹਾਨੇ ਮੈਂ ਕਰਦਾ ਅਤੇ ਕਿਉਂ ਨਹੀਂ ਉਸ ਚੀਜ਼ ਨੂੰ ਪਰਸਿਊ ਕਰ ਸਕਦਾ। ਸਿਮਿਲਰਲੀ ਸਾਡੀ ਜਦੋਂ ਅਸੀਂ ਸਪਿਰਚੁਅਲ ਲਾਈਫ ਦੀ ਗੱਲ ਕਰਦੇ ਹਾਂ ਅਧਿਆਤਮਿਕ ਤਲ 'ਤੇ, ਉਸ ਸਮੇਂ ਵੀ ਇਹੀ ਹੁੰਦਾ ਕਿ ਅਜੇ ਤਾਂ ਸਮਾਂ ਬੜਾ ਬਾਕੀ ਹੈ, ਚਲੋ ਕਰ ਲਾਂਗੇ ਗੱਲਬਾਤ, ਲੇਕਿਨ ਹਕੀਕਤ ਇਹ ਆ ਜਾਂਦੀ ਹੈ ਗੱਲਬਾਤ ਕਿਉਂਕਿ ਅਸੀਂ ਸਾਡੀ ਥੋਟਸ ਇੰਨੀਆਂ ਸਟਰੋਂਗ ਨਹੀਂ ਹੈਗੀਆਂ ਅਤੇ ਅਸੀਂ ਉਸ ਚੀਜ਼ ਨੂੰ ਅੱਗੇ ਪਰਸਿਊ ਨਹੀਂ ਕਰ ਸਕਦੇ।
ਔਰ ਕੁਝ ਹੋਰ ਇਨਫੋਰਮੇਸ਼ਨ ਲੈਣੀ ਕਿਵੇਂ ਉਸ ਸਟਰੈਂਥ ਨੂੰ ਵਧਾਇਆ ਜਾਏ ਤਾਂ ਕਿ ਅਸੀਂ ਕਾਮਯਾਬ ਹੋਰ ਹੋ ਸਕੀਏ ਜੀ ਡਿੰਪਲ ਸੋ ਕਿਵੇਂ ਅਗੇਨ ਉਹੀ ਗੱਲ ਆ ਗਈ ਕਿ ਇਹ ਤਿੰਨ ਸਟੈਪਸ ਜਿਹੜੇ ਤੁਸੀਂ ਦੱਸੇ ਕਿ ਤੁਹਾਡਾ ਕਲੈਰਿਟੀ ਹੋਏਗਾ ਅਤੇ ਗੋਲ ਦਾ ਪਤਾ ਹੋਏਗਾ ਤਾਂ ਤੁਸੀਂ ਆਟੋਮੈਟਿਕਲੀ ਤੁਹਾਡੀ ਥੋਟਸ ਪ੍ਰੋਸੈਸ ਜਿਹੜੇ ਨੇ ਉਹ ਉਸ ਲੈਵਲ 'ਤੇ ਚੱਲਣਗੇ ਕਿ ਤੁਹਾਨੂੰ ਉਹ ਮੋਟੀਵੇਟ ਕਰਨਗੇ ਕਿ ਤੁਸੀਂ ਆਪਣੇ ਜੋ ਵੀ ਮੁਕਾਮ 'ਤੇ ਪਹੁੰਚਣਾ ਚਾਹੁੰਦੇ ਹੋ ਉਹ ਪਹੁੰਚੋ ਹੁਣ ਦੂਸਰੇ ਪਾਸੇ ਇੱਕ ਇਹ ਵੀ ਸੋਚ ਆਉਂਦੀ ਹੈ ਕਿ ਇਹ ਜੱਗ ਜਿਹੜਾ ਹੈਗਾ ਇੱਕੋ ਵਾਰੀ ਤਾਂ ਮਿਲਿਆ ਹੈ ਖਾਓ ਪੀਓ ਮੌਜ ਕਰੋ ਕੀ ਪਤਾ ਅੱਗੇ ਕੀ ਹੋਣਾ ਹੈਗਾ ਦਿਸ ਇਜ਼ ਅ ਥੋਟ ਵਿਚ ਇਜ਼ ਪ੍ਰੀਵੈਲੈਂਟ ਇਨ ਦ ਵੈਸਟ ਮੋਸਟਲੀ ਐਂਡ ਚੰਗੇ ਕੰਮ ਕਰੋ ਚੰਗੇ ਇਨਸਾਨ ਬਣੇ ਰਹੋ ਇਹ ਕੀ ਤੁਸੀਂ ਚੱਕਰਾਂ 'ਚ ਪੈਣਾ ਅੱਗੇ ਕੀ ਹੋਣਾ ਕਿਸੇ ਨੂੰ ਪਤਾ ਨਹੀਂ ਹੈਗਾ ਅਤੇ ਜੇਕਰ ਚੰਗਾ ਇਨਸਾਨ ਬਣਨ ਦਾ ਹੀ ਮਕਸਦ ਹੈ ਤਾਂ ਫਿਰ ਇਹ ਸਟੈਪ ਦੀ ਕੀ ਲੋੜ ਹੈ ਠੀਕ ਹੈ ਤੁਸੀਂ ਜੋ ਕਰਨਾ ਚਾਹੁੰਦੇ ਹੋ ਕਰੀ ਵੀ ਚਲੋ ਕਿਸੇ ਦੀ ਮਦਦ ਕਰਨੀ ਉਹ ਵੀ ਕਰ ਦਿਉ ਸੋ ਇਹ ਵੀ ਇੱਕ ਥੋਟ ਪ੍ਰੋਸੈਸ ਜਿਹੜਾ ਹੈ ਆਪਣੀ ਕਮਿਊਨਿਟੀ ਦੇ ਵਿੱਚ ਕਿ ਬਲਕਿ ਹਰ ਸਮਾਜ ਵਿੱਚ ਚੱਲਦਾ ਹੈਗਾ ਇਹਦੇ ਮੁਤਾਬਕ ਤੁਸੀਂ ਕੀ ਕਹੋਗੇ ਕਿ ਇਨਰ ਸਟਰੈਂਥ ਦੀ ਜੇ ਤੁਸੀਂ ਗੱਲ ਕਰਦੇ ਹਾਂ ਸਮਥਿੰਗ ਮਾਈਟ ਬੀ ਰਾਈਟ ਫੋਰ ਯੂ ਇਟ ਮਾਈਟ ਬੀ ਰੋਂਗ ਫੋਰ ਮੀ ਔਰ ਸਮਥਿੰਗ ਮਾਈਟ ਬੀ ਰੋਂਗ ਫੋਰ ਮੀ ਇਟ ਮਾਈਟ ਬੀ ਰਾਈਟ ਫੋਰ ਯੂ ਸੋ ਇਟਸ ਯੋਰ ਪਰਸਪੈਕਟਿਵ ਹਾਊ ਯੂ ਲੁੱਕ ਐਟ ਥਿੰਗਸ ਅ ਗਲਾਸ ਇਜ਼ ਹਾਫ ਐਮਟੀ ਐਂਡ ਹਾਫ ਫੁੱਲ ਇਟਸ ਮਾਈ ਪਰਸਪੈਕਟਿਵ ਐਂਡ ਯੋਰ ਪਰਸਪੈਕਟਿਵ ਮਾਈਟ ਬੀ ਡਿਫਰੈਂਟ ਬਟ ਦ ਥਿੰਗ ਇਜ਼ ਦ ਸੇਮ ਰਾਈਟ ਸੋ ਉਹ ਜਿਹੜੀ ਹਕੀਕਤ ਹੈਗੀ ਹੈ ਹਰ ਬੰਦੇ ਦਾ ਆਪਣਾ ਨਜ਼ਰੀਆ ਹੈ ਹੁਣ ਸਾਰੇ ਇਸ ਪਾਸੇ ਨੂੰ ਜਿਹਨੂੰ ਕਹਿੰਦੇ ਜੀ ਵਿਰਲੇ ਜਿਹੜੇ ਨੇ ਇਸ ਪਾਸੇ ਨੂੰ ਤੁਰਦੇ ਹੈਗੇ ਨੇ ਪਰ ਇਹ ਸਾਨੂੰ ਸੁਣਨ ਨੂੰ ਬਹੁਤ ਚੰਗੀ ਚੀਜ਼ ਲੱਗਦੀ ਹੈ ਬਟ ਮੋਟੀਵੇਟ ਬੰਦਾ ਤਦ ਹੀ ਹੁੰਦਾ ਜੇਕਰ ਉਹਦੇ 'ਚੋਂ ਕੁਛ ਉਸਨੂੰ ਲੱਭਦਾ ਹੋਏ ਡਰ ਕਾਰਨ ਜਾਂ ਕੋਈ ਉਹਨੂੰ ਬੈਨੀਫਿਟ ਮਿਲਦਾ ਹੋਏ ਇਹ ਦੋ ਕਾਰਨਾਂ ਕਰਕੇ ਇਨਸਾਨ ਕੋਈ ਵੀ ਕੰਮ ਕਰਦਾ ਸੋ ਇਹਦੇ ਵਿੱਚ ਸਾਨੂੰ ਇਹ ਦੱਸੋ ਕਿ ਇਹਨੂੰ ਹੋਰ ਫਰਦਰ ਸਟਰੋਂਗ ਕਰਨ ਵਾਸਤੇ ਕਿਵੇਂ ਤੁਸੀਂ ਆਪਣੀ ਸਟਰੈਂਥ ਨੂੰ ਹੋਰ ਮਜ਼ਬੂਤ ਕਰ ਸਕਦੇ ਹੋ ਕਲੈਰਿਟੀ ਹੋਰ ਕਿਹੜੇ ਕੋਈ ਸਟੈਪਸ ਹੋਰ ਲੈਣ ਦੀ ਲੋੜ ਹੈ ਜਿਹਦੇ ਨਾਲ ਹੋਰ ਕਲੈਰਿਟੀ ਆ ਸਕਦੀ ਪਹਿਲਾਂ ਤਾਂ ਫਿਰ ਅਸੀਂ ਵਾਪਸ ਆ ਜਾਂਦੇ ਹਾਂ ਪਰਪਸ ਜੀ ਵੈਲਿਊਜ਼ ਐਂਡ ਵਿਜ਼ਨ ਜੀ ਇਹਨਾਂ ਤਿੰਨੇ ਤੇ ਜਿੰਨੀ ਤੱਕ ਕਲੈਰਿਟੀ ਨਹੀਂ ਆਉਂਦੀ ਇੰਡੀਵਿਜੁਅਲ ਬੇਸਿਸ ਉਨੀ ਦੇਰ ਤੱਕ ਜਿਹੜੇ ਮੇਰੇ ਮੇਰਾ ਫਿਲਟਰ ਹੈਗਾ ਆ ਨਾ ਮੇਰਾ ਫਿਲਟਰ ਜਿਹੜਾ ਮੇਰੀ ਚੋਇਸਿਸ ਮੇਰੀ ਐਕਟੀਵਿਟੀਜ਼ ਨੂੰ ਮੇਰਾ ਫਿਊਚਰ ਬਣਾਉਂਦਾ ਆ ਉਹ ਉਨੀ ਦੇਰ ਤੱਕ ਨਹੀਂ ਪੈਦਾ ਹੋਏਗਾ ਅਸੀਂ ਇਹਨਾਂ ਹੀ ਕਨਫਿਊਜ਼ਨਸ ਦੇ ਵਿੱਚ ਘੁੰਮਦੇ ਫਿਰਦੇ ਰਹਾਂਗੇ ਕਿ ਇਹ ਮੈਂ ਕਰਨਾ ਕਿਉਂ ਮੈਂ ਕਰਨਾ ਔਰ ਕਾਤੇ ਕਰਨਾ ਔਰ ਕਿਉਂ ਨਹੀਂ ਖਾਈਏ ਪੀਏ ਆਪਣੀ ਜ਼ਿੰਦਗੀ ਆਨੰਦ ਨਾਲ ਮਾਣੀਏ ਨਾ ਪਰ ਜੇ ਅਸੀਂ ਜ਼ਿੰਦਗੀ ਆਪਣੀ ਆਨੰਦ ਨਾਲ ਮਾਣਨੀ ਵੀ ਹੈ ਅਸੀਂ ਜ਼ਿੰਦਗੀ ਤਾਂ ਆਪਣੀ ਜੀਣੀ ਆ ਰਿਗਾਰਡਲੈਸ ਅਸੀਂ ਜੀਂਦੇ ਹਾਂ ਪਰ ਕਿਉਂ ਨਹੀਂ ਅਸੀਂ ਉੱਦਾਂ ਦੀ ਜ਼ਿੰਦਗੀ ਜੀਏ ਜਿੱਦਾਂ ਤੁਸੀਂ ਕਿਹਾ ਕਿ ਕੋਈ ਬੈਨੀਫਿਸ਼ਲ ਅਤੇ ਕੋਈ ਫੀਅਰ ਬੇਸ 'ਤੇ ਆਪਣੀ ਜ਼ਿੰਦਗੀ ਨੂੰ ਕਰਦਾ ਹੈ ਨਾ ਸੋ ਆਈਦਰ ਵੇ ਅਸੀਂ ਆਪਣੀ ਜ਼ਿੰਦਗੀ ਨੂੰ ਚਲਾਉਂਦੇ ਹੀ ਹਾਂ ਨਾ ਅਤੇ ਕਿਉਂ ਨਹੀਂ ਅਸੀਂ ਉਹਨੂੰ ਪੋਜ਼ਿਟਿਵਲੀ 'ਤੇ ਲੈ ਕੇ ਚੱਲੀਏ ਔਰ ਇਹ ਜਿਹੜੀ ਅਸੀਂ ਆਪਣੀ ਟ੍ਰਾਂਸਫਰਮੇਸ਼ਨ ਆਪਣੇ ਆਪ ਦੇ ਵਿੱਚ ਪਰਿਵਰਤਨ ਲੈ ਕੇ ਆਉਣਾ ਆ ਉਹਨੂੰ ਉੱਤੇ ਫੋਕਸਡ ਸੈਲਫ ਫੋਕਸ 'ਤੇ ਰਹਿ ਕੇ ਕਰੀਏ ਨਾ ਹੁਣ ਫੋਰ ਐਗਜ਼ਾਮਪਲ ਸਾਡੇ ਰਿਸ਼ਤਿਆਂ ਦੇ ਵਿੱਚ ਦੇਖਦੇ ਹਾਂ ਕਿੰਨੀ ਅਨਬਨ ਹੈਗੀ ਆ ਔਰ ਕਿੰਨੀ ਮਿਸਅੰਡਰਸਟੈਂਡਿੰਗਸ ਹੈਗੀ ਆ ਇਟਸ ਲਾਈਕ ਜਸਟ ਇਮੈਜਿਨ ਫੋਰ 1 ਸੈਕਿੰਡ ਕਿ ਤੁਹਾਡੀ ਯੂਨੋ ਕੁਛ ਵੀ ਲੜਾਈ ਹੋਈ ਝਗੜਾ ਹੋਇਆ ਜਾਂ ਕੁਛ ਵੀ ਇੱਕ ਜਾਣਾ ਥੱਲੇ ਬੇਸਮੈਂਟ ਚਲੇ ਗਿਆ ਔਰ ਬੇਸਮੈਂਟ ਦੇ ਵਿੱਚ ਇਟਸ ਨੋ ਲਾਈਟ ਦੇਅਰ ਇਟਸ ਕੰਪਲੀਟਲੀ ਡਾਰਕ ਕੋਈ ਰੋਸ਼ਨੀ ਨਹੀਂ ਹੈਗੀ ਉੱਥੇ ਨਾ ਸੋ ਮਤਲਬ ਦੋਜ਼ ਇਮੋਸ਼ਨਸ ਆਰ ਦ ਡਾਰਕਨੈਸ ਜਿਹੜੇ ਨੈਗੇਟਿਵ ਇਮੋਸ਼ਨਸ ਹੈਗੇ ਆ ਸੋ ਅੰਦਰ ਸਾਡੀ ਉਹ ਜਿਹੜੀ ਕਹਿ ਲਓ ਕਿ ਆਤਮਿਕ ਰੋਸ਼ਨੀ ਹੈਗੀ ਉਹ ਥੋੜ੍ਹੀ ਥੋੜ੍ਹੀ ਘੱਟਦੀ ਜਾਂਦੀ ਹੈ ਨਾ ਸੋ ਹੁਣ ਜਿੱਦਾਂ ਜਿੱਦਾਂ ਜਿੰਨੀ ਜਿੰਨੀ ਤੁਸੀਂ ਡੀਪਰ ਬੇਸਮੈਂਟ ਦੇ ਵਿੱਚ ਡਾਰਕ ਬੇਸਮੈਂਟ ਦੇ ਵਿੱਚ ਜਾਂਦੇ ਆ ਹੁਣ ਲੈਸੇ ਕਿ ਬਾਹਰ ਜਿਹੜਾ ਹੈਗਾ ਜੋ ਤੁਹਾਨੂੰ ਦੇ ਕੇਅਰ ਫੋਰ ਯੂ ਦੇ ਵਾਂਟ ਟੂ ਬ੍ਰਿੰਗ ਯੂ ਆਊਟ ਫਰੋਮ ਦੇਅਰ ਅਤੇ ਉਹ ਵੀ ਤੁਹਾਨੂੰ ਬਾਹਰ ਲੈ ਕੇ ਆਉਣ ਦੇ ਮਕਸਦ ਦੇ ਵਿੱਚ ਉਹ ਵੀ ਤੁਹਾਡੇ ਬੇਸਮੈਂਟ 'ਚ ਚੱਲ ਜਾਂਦੇ ਆ ਰਾਈਟ ਸੋ ਹੁਣ ਤੁਸੀਂ ਵੀ ਡਾਰਕ ਬੇਸਮੈਂਟ 'ਚ ਅਤੇ ਉਹ ਵੀ ਡਾਰਕ ਬੇਸਮੈਂਟ ਦੇ ਵਿੱਚ ਪਰ ਮਕਸਦ ਕੀ ਸੀਗਾ ਲਾਈਟ ਦੇ ਵਿੱਚ ਆਉਣਾ ਪੋਜ਼ਿਟਿਵ ਇਮੋਸ਼ਨਸ ਦੇ ਵਿੱਚ ਲੈ ਕੇ ਆਉਣਾ ਪਰ ਹੁਣ ਦੋਨੇ ਥੱਲੇ ਆ ਹੁਣ ਜਿਹੜੇ ਤੁਹਾਨੂੰ ਦੇਖ ਰਹੇ ਆ ਜਾਂ ਤੁਹਾਡੇ ਬੱਚੇ ਜਾਂ ਪੇਰੈਂਟਸ ਜਾਂ ਕੁਛ ਵੀ ਹੁਣ ਓਬਵੀਅਸਲੀ ਦੇ ਕੇਅਰ ਫੋਰ ਯੂ ਦੇ ਲਵ ਯੂ ਉਹ ਵੀ ਥੱਲੇ ਚੱਲ ਜਾਂਦੇ ਬੇਸਮੈਂਟ 'ਚ ਇਸ ਮਕਸਦ ਦੇ ਲਈ ਕਿ ਉਹ ਤੁਹਾਨੂੰ ਬਾਹਰ ਲੈ ਕੇ ਆਉਣ ਤੁਹਾਨੂੰ ਰੋਸ਼ਨੀ ਦੇ ਵਿੱਚ ਤਾਂ ਕਿ ਤੁਸੀਂ ਆਪਣੀ ਫਿਰ ਜ਼ਿੰਦਗੀ ਨਵੇਂ ਸਿਰੇ ਤੋਂ ਖੁਸ਼ਹਾਲੀ ਦੇ ਨਾਲ ਸ਼ੁਰੂ ਕਰ ਸਕੋ ਨਾ ਸੋ ਹੁਣ ਇੱਦਾਂ ਕਰਦੇ ਕਰਦੇ ਕਿੰਨੇ ਜਾਣੇ ਹੈਗੇ ਤੁਹਾਡੇ ਜਿਹੜੇ ਕੇਅਰ ਕਰਦੇ ਆ ਹੁਣ ਤੁਸੀਂ ਸਾਰੇ ਬੇਸਮੈਂਟ ਦੇ ਵਿੱਚ ਆ ਇਟਸ ਕੰਪਲੀਟ ਡਾਰਕ ਦੇਅਰ ਇਟਸ ਕੰਪਲੀਟ ਕੋਲਡ ਦੇਅਰ ਨਾ ਹੁਣ ਉਹ ਜਿਹੜਾ ਪਿਆਰ ਹੌਲੀ ਹੌਲੀ ਹੈਗਾ ਉੱਥੇ ਹੀ ਆ ਪਰ ਹੁਣ ਕਿੱਥੇ ਆ ਗਿਆ ਬਲੇਮ 'ਤੇ ਸੀ ਜੇ ਤੁਸੀਂ ਥੱਲੇ ਨਹੀਂ ਆਉਂਦੇ ਮੈਂ ਵੀ ਨਹੀਂ ਸੀ ਥੱਲੇ ਆਉਣਾ ਸੀਗਾ ਹੁਣ ਕਿਉਂਕਿ ਤੁਸੀਂ ਇੱਥੇ ਹੈਗੇ ਆ ਤੁਹਾਡੇ ਕਾਰਨ ਸਾਨੂੰ ਵੀ ਠੰਡ ਜਾਂ ਨੇੜੇ ਦੇ ਵਿੱਚ ਰਹਿਣਾ ਪੈਂਦਾ ਆ ਨਾ ਸੋ ਅਗੈਨ ਹੁਣ ਉਹ ਪਿਆਰ ਚੇਂਜ ਹੋ ਗਿਆ blame guilt judging pointing fingers and basically not even being able to see the true self itself na so hun ek insaan apne courage karke they
find their way to the speck of light. Ek roshni di kiran unna nu dasdi hai te oh sara kuch bhul ke us vele ਸਾਰਿਆਂ ਤੇ ਧਿਆਨ ਛੱਡ ਕੇ ਉਹਨੂੰ ਰੋਸ਼ਨੀ ਦੇ ਤਰਫ ਚੱਲਦਾ ਤੇ ਹੌਲੀ 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 ਜਦੋਂ ਰੋਸ਼ਨੀ ਦੇ ਤਰਫ ਜਾਂਦਾ ਆਫ ਕੋਰਸ ਹੀ ਫਾਈਂਡਸ ਅ ਡੋਰ ਐਂਡ ਹੀ ਓਪਨਸ ਇਟ ਐਂਡ ਹੀ ਸੀਸ ਅ ਲਾਈਟ ਰਾਈਟ ਬਿਲਕੁਲ ਰੋਸ਼ਨੀ ਦੇ ਵਿੱਚ ਉਹਨੂੰ ਹੁਣ ਉਹ ਆ ਜਾਂਦਾ ਤਾਂ ਹੁਣ ਕੀ ਜੇ ਤੁਸੀਂ ਉਸ ਰੋਸ਼ਨੀ ਦੇ ਵਿੱਚ ਆ ਗਏ ਕੀ ਤੁਸੀਂ ਵਾਪਸ ਉਹ ਗਨਕੌਰ ਬੇਸਮੈਂਟ ਦੇ ਵਿੱਚ ਜਾਓਗੇ ਵੁੱਡ ਯੂ ਗੋ ਬੈਕ ਯੂ ਵੁਡਨਟ ਵਾਟ ਵੁੱਡ ਯੂ ਡੂ ਇਨਸਟੈਡ You'd rather bring them out also, others You will bring them out. Right. To see os roshni de kiran enni ona te paonge ke o jari basement hagi ya dark corner that was once it light right. it will illuminate na so similarly assi vi addai ha ji na assi jadon apne negative emotions jo bahar nikal ke courage assi kar rahe ha I'm not saying it's easy it's never is now right. it's effort required but you will illuminate so you know so bright that light will touch one and the other and the other and they'll also recognize the true self and come out of the darkness and come into the light itself in practice which aam taur te jo sunan nu milda hai tusi vi sunya hona hai ki ji oh dekho oh thaggi vi marda hai hera feri vi karda hai chori vi karda hai dekho ji kinna maze nal leh reh hai assi imandari nal kam karde ha eh vi karde ha oh vi karde ha te sade nal hi maadi hundi hai to eh ek soch jehdi hai ki eh vi badi prevalent hai gi again you must have listened to this that ਗਲਤ ਬੰਦੇ ਜਿਹੜੇ ਹੈਗੇ ਨੇ ਉਹ ਪ੍ਰੋਸਪਰ ਕਰਦੇ ਨੇ ਜਾਂ ਨਜ਼ਰ ਆਉਂਦੇ ਨੇ ਪਰ ਦੂਸਰੇ ਬੰਦੇ ਜਿਹੜਾ ਇੱਕ ਜਿਹੜਾ ਵਿਅਕਤੀ ਨਜ਼ਰ ਆਉਂਦਾ ਹੈ ਕਿ ਵੀ ਇਹ ਠੀਕ ਹੈਗਾ ਉਸਨੂੰ ਉਹ ਲੈਵਲ 'ਤੇ ਉਹ ਨਹੀਂ ਸ਼ਾਇਦ ਪਹੁੰਚਦਾ ਜਿੱਥੇ ਹੀ ਥਿੰਕਸ ਔਰ ਸ਼ੀ ਥਿੰਕਸ ਕਿ ਉੱਥੇ ਪਹੁੰਚਣਾ ਚਾਹੀਦਾ ਹੈਗਾ ਸੋ ਉਸ ਮੁਤਲਕ ਅਗੇਨ ਟੂਵਰਡਸ ਦ ਐਂਡ ਮੈਂ ਚਾਹਾਂਗਾ ਜ਼ਰੂਰ ਆਪਣੇ ਵਿਚਾਰ ਦਿਓ ਕਿਉਂਕਿ ਕਲੈਰਿਟੀ ਦੀ ਅਸੀਂ ਗੱਲ ਕਰ ਰਹੇ ਸੀ ਜਦੋਂ ਮਨ ਵਿੱਚ ਇਹ ਸੋਚ ਬੈਠੀ ਹੋਈ ਕਿ ਯਾਰ ਜੇ ਹੇਰਾਫੇਰੀ ਕਰਕੇ ਵੀ ਤਰੱਕੀ ਹੈਗੀ ਹੈ ਤਾਂ ਫਿਰ ਕਿਉਂ ਨਹੀਂ ਅਸੀਂ ਸਾਨੂੰ ਕੀ ਲੋੜ ਪਈ ਐਵੇਂ ਅਸੀਂ ਕੋਈ ਠੇਕਾ ਲਿਆ ਗਿਆ ਸਮਾਜ ਦਾ ਅਸੀਂ ਕੋਈ ਠੇਕਾ ਲਿਆ ਇਸ ਕਿਰਨ ਦਾ ਮੈਂ ਵੀ ਕਿਉਂ ਨਾ ਉਸ ਰਸਤੇ ਚੱਲਾਂ ਰਾਈਟ ਸੀ ਅਗੈਨ ਅਸੀਂ ਜੇ ਉਹ ਠੱਗੀ ਕਰ ਰਿਹਾ ਜੇ ਉਹ ਕੁਛ ਵੀ ਕਰ ਰਿਹਾ ਜਿੱਦਾਂ ਵੀ ਆਪਣਾ ਬਿਜ਼ਨਸ ਚਲਾ ਰਿਹਾ ਦੇ ਆਰ ਚੂਜ਼ਿੰਗ ਟੂ ਡੂ ਦੈਟ ਰਾਈਟ ਐਂਡ ਵਟ ਐਵਰ ਦੇ ਆਰ ਚੂਜ਼ਿੰਗ ਟੂ ਡੂ ਅਗੈਨ ਦੇ ਆਰ ਕਮਿੰਗ ਫਰੋਮ ਦੇਅਰ ਵੈਲਿਊ ਸਿਸਟਮ ਦੇਅਰ ਪਰਪਸ ਮਾਈਟ ਬੀ ਡਿਫਰੈਂਟ ਪਰ ਮੇਰਾ ਪਰਪਸ ਜਦੋਂ ਮੈਨੂੰ ਕਲੈਰਿਟੀ ਆ ਜਾਂਦੀ ਮੇਰੀ ਵੈਲਿਊ ਜਦੋਂ ਮੈਨੂੰ ਕਲੀਅਰ ਹੈਗੀ ਆ ਮੇਰੀ ਵਿਜ਼ਨ ਜਦੋਂ ਮੈਨੂੰ ਕਲੀਅਰ ਹੈਗੀ ਆ ਅਗੈਨ ਉਹ ਜਿਹੜੀ ਵਿਜ਼ਨ ਹੈਗੀ ਜਿੱਦਾਂ ਮੈਂ ਪਹਿਲਾਂ ਕਿਹਾ ਸੀਗਾ ਨਾ ਉਹ ਮੇਰੀ ਚੋਇਸਿਸ ਔਰ ਮੇਰੇ ਐਕਸ਼ਨਸ ਮੇਰੀ ਐਕਟੀਵਿਟੀਜ਼ ਦਾ ਮੈਨੂੰ ਫਿਲਟਰ ਕਰਦੇ ਆ ਕਿਉਂਕਿ ਉਹ ਕੰਪਸ ਬਣ ਜਾਂਦਾ ਹੈ ਮੈਨੂੰ ਗਾਈਡ ਕਰਦਾ ਕਿ ਵੇਟ ਜੇ ਮੈਂ ਇਸ ਬਿਜ਼ਨਸ ਦੇ ਵਿੱਚ ਹੈ ਵੀ ਇਨ ਇਸ ਗਰੁੱਪ ਦੇ ਨਾਲ ਔਰ ਮੇਰੇ ਵੈਲਿਊਜ਼ ਇਹਨਾਂ ਦੇ ਵੈਲਿਊਜ਼ ਦੇ ਨਾਲ ਕਾਮਨ ਨਹੀਂ ਹੈਗੇ ਯੂ ਵਿਲ ਨਾਟ ਫੀਲ there is something there so right. at that time you are able to make the decision whether to carry him forward or to withdraw right so that's what clarity absolutely so crux is that to see apna theka aap lo nahi te aam taur te jada si dusre da kehne ki ji unna de karan main apne aap nu comparison kar reha ja main unna de karan hi kar reha sab ek facade hai ga you have to come out of it live your own life understand what your goal is what your vision is and keep working on that and definitely it is your life not anybody else's life yes but not as in a selfish way yeah, it's of more course. yes we are talking from the spiritual angle yes. not from that particular angle no pleasure absolutely. Talking to you thank you very much thank you